Assalamu alaikum ji, this is Mustafa Chef and today is making some very good chicken mutton. Aaj ye mutton baka rahe hain sir, kuch kehna chahenge aap? ਅੱਜ ਅਸੀਂ ਮਟਨ ਪਕਾ ਰਹੇ ਯਾਰ, ਅੱਜ ਤਾਂ ਅਸੀਂ ਮਟਨ ਪਕਾ ਰਹੇ, ਫਿਰ ਅਗਲੀ ਗੱਲ ਤੁਸੀਂ ਸਮਝ, ਕਿੰਨੀ ਖੁਸ਼ੀ ਸਾਨੂੰ ਅੱਜ ਮਟਨ ਪਕ, ਨਹੀਂ ਤਾਂ ਸਾਡੇ ਚੈਨਲ 'ਤੇ ਦਾਲ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਖਾਣੀ। ਬਿਊਟੀਫੁਲ, ਅੱਜ ਮਟਨ ਪਕ ਰਹੇ ਜੀ, ਇੱਕ ਅਨਹੋਨੀ ਹੋ ਰਹੀ ਹੈ ਯਹਾਂ ਪੇ। ਹੁਣ ਤੁਸੀਂ ਪੁੱਛੋਗੇ ਐਡੀ ਵੱਡੀ ਪਤੀਲੀ ਹੈ ਤਾਂ ਮਟਨ ਕਿਤੇ ਹੈ? ਬਹੁਤ ਮਟਨ ਹੈ ਯਾਰ, ਕਮ ਸੇ ਕਮ ਕਿਲੋ ਮਟਨ ਹੈ, ਕੀ ਹੋ ਗਿਆ ਬਸ ਉਸ ਬਾਅਦ। ਹਾਂ ਲੇਕਿਨ ਕਾਫੀ ਮਟਨ ਹੈ, ਮਤਲਬ ਇੰਨਾ ਹੈ ਕਿ ਤੁਸੀਂ ਵੇਖ ਸਕਦੇ ਜੇ। ਮਟਨ ਸਾਫ਼ ਕਰ ਦੇ, 800 ਗ੍ਰਾਮ ਮਟਨ ਹੈ। ਕੁਰਬਾਨੀ ਆ ਰਹੀ ਹੈ ਅੱਜ 14 ਜੂਨ। ਕੁਰਬਾਨੀ ਤੇ ਪਤਾ ਨਹੀਂ ਕਿਸੇ ਦੇਣਾ ਜਾਂ ਨਹੀਂ ਦੇਣਾ, ਅਸੀਂ ਕੁਰਬਾਨੀ ਪਹਿਲੇ ਖਾ ਖੁੱਲੀਏ। ਵਾਹ ਵਾਹ, ਕੁਰਬਾਨੀ ਸੇ ਪਹਿਲੇ ਬੱਕਰਾ ਪੱਕ ਜਾਣਾ ਬਹੁਤ ਹੀ ਨੇਕ ਸ਼ਗੁਨੀ ਹੋ ਸਕਦੀ ਹੈ। ਇਹ ਸਮਝੋ ਇੱਕ ਮੋਜ਼ ਹੈ। ਵਾਹ, ਕੁਰਬਾਨੀ ਤੋਂ ਪਹਿਲੇ ਇੱਥੇ ਮਟਨ ਪੱਕਦੇ। ਵਾਹ, ਨਹੀਂ ਤਾਂ ਇੱਥੇ ਦਾਲ ਹੀ ਪੱਕੀ ਹੈ। ਵਾਹ, ਇੱਥੇ ਈਦ ਦੇ ਦਿਨ ਵੀ ਦਾਲ ਹੀ ਪੱਕਦੀ ਹੈ, ਲੇਕਿਨ ਰੰਗ ਹੈ ਕਿ ਈਦ ਤੋਂ ਪਹਿਲੇ ਜਿਹੜਾ ਬੱਕਰਾ ਪੱਕ ਗਿਆ ਉਹਦਾ ਕਿਸੇ ਹਾਜ਼ਰ ਦੀ ਦੁਆ ਕਬੂਲ ਹੋ ਗਈ ਹੈ ਭਾਅ ਜੀ। ਤੈਨੂੰ ਸਿੱਧੀ ਗੱਲ ਦੱਸਾਂ, ਇਹ ਸਾਨੂੰ ਸਦਕੇ ਦਾ ਹੈ। ਹੁਣ ਲੋਕ ਮੈਨੂੰ ਕਮੈਂਟਸ ਵੀ ਪੁੱਛਿਆ ਕਰਨਗੇ ਜਦੋਂ ਕਦੀ ਅਸੀਂ ਫੇਮਸ ਹੋਏ, ਉਹਨਾਂ ਕਹਿਣਾ ਯਾਰ ਕਿਹੜਾ ਸਦਕਾ ਜਿਹੜਾ ਤੁਹਾਨੂੰ ਲੱਗਦਾ ਹੁੰਦਾ ਹਰ ਵਾਰੀ। ਅਸਲ ਹੀ ਸਾਡੇ ਮਹੱਲੇਦਾਰ ਨੇ ਬਹੁਤ ਅੱਛੇ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜ਼ਕਾਤ, ਫਤਰਾਨਾ, ਜੁਮੇਰਾਤ ਦੀ ਰੋਟੀ, ਸਦਕੇ ਦਾ ਬੱਕਰਾ, ਸਦਕੇ ਦੀ ਮੁਰਗੀ, ਆਂਡੇ, ਇਹ ਸਾਨੂੰ ਸਾਰਾ ਕੁਛ ਲੱਗਦਾ, ਬੇਸ਼ੱਕ ਲੱਗਦਾ, ਕਿਉਂਕਿ ਅਸੀਂ ਗਰੀਬ ਲੋਕ ਹਾਂ। ਤੋ ਬੜਾ ਮਜ਼ਾ ਆਇਆ ਜੀ, ਤਨਖਾਹ ਦੇਣੀ ਹੈ ਨਹੀਂ ਦੀ, ਬੇਸ਼ੱਕ ਕਿਉਂਕਿ ਅਸੀਂ ਆਪਣੀ ਤਨਖਾਹ ਦੇ ਇੱਥੇ ਬੱਕਰੇ ਲਿਆ ਕੇ ਪਕਾਈਏ, ਬੇਸ਼ੱਕ ਅਸੀਂ ਤਾਂ ਬਸ ਬਹੁਤ ਅੱਛੇ ਲੋਕ ਹੈ ਮੁਹੱਲੇ ਮੇ। ਤੋ ਲੋਕ ਜੋ ਹੈ ਅਕਸਰ ਗੋਸ਼ਤ, ਚਾਵਲ, ਔਰ ਕਭੀ ਕਭਾਰ ਚਿਕਨ, ਔਰ ਕਭੀ ਕਭਾਰ, ਕਾਫੀ ਮਤਲਬ ਅੱਛੇ ਨੇਕ ਲੋਕ ਹੈ, ਉਹ ਦਿੱਤੇ ਰਹਿੰਦੇ ਹੈ। ਕਦੀ ਸਾਨੂੰ ਮੁਰਗੀ ਦੇ ਦਿੰਦੇ ਨੇ, ਕਦੀ ਆਂਡੇ ਦੇ ਦਿੰਦੇ ਨੇ, ਕਦੀ ਦੁੱਧ ਦੇ ਦਿੰਦੇ ਨੇ। ਹਾਂ ਬੇਸ਼ੱਕ, ਅਭੀ ਈਦ ਪੇ ਉਹ ਦੋ ਊਂਟ ਕਰੇਂਗੇ, ਬੈਲ ਕਰੇਂਗੇ। ਤੋ ਉਮੀਦ ਹੈ ਇਨਸ਼ਾਅੱਲਾ ਕਿ ਹਮੇ ਵੀ ਕੁਛ ਨਾ ਕੁਛ ਮਿਲੇਗਾ। ਤੋ ਯੇ ਵੀ ਬੱਕਰਾ ਉਨ੍ਹੀਂ ਕੇ ਘਰ ਸੇ ਆਇਆ ਹੂਆ ਹੈ। ਤੋ ਠੀਕ ਹੈ, ਇਨਸ਼ਾਅੱਲਾ ਫਿਰ ਮੁਲਾਕਾਤ ਕਰੇਂਗੇ। ਮੁਝੇ ਔਰ ਮੁਸਤਫਾ ਕੋ ਇਜਾਜ਼ਤ ਦੀਜੀਏਗਾ, ਕੁਰਬਾਨੀ ਕਰੇਂ, ਅੱਲਾਹ ਤਾਲਾ ਕਾ ਹੀ ਹੈ। ਉਹਨਾਂ ਦੇ ਘਰੋਂ ਨਹੀਂ ਆਇਆ ਇਹ ਸਪੈਸ਼ਲ, ਉਹਨਾਂ ਮੇਰੇ ਵਾਸਤੇ ਭੇਜਿਆ ਸੀ ਤੁਹਾਡੇ ਵਾਸਤੇ ਹੀ ਨਾ। ਇਹ ਆਪ ਲੋਕ ਕੁਰਬਾਨੀ ਕਰੇਂ, ਅੱਲਾਹ ਤਾਲਾ ਕੋ ਯਾਦ ਕਰੇਂ, ਮੁਹੱਬਤੇ ਬਾਂਟੇਂ, ਔਰ ਕੋਸ਼ਿਸ਼ ਕਰੇਂ ਕਿ ਲੋਕਾਂ ਕੇ ਦਿਲੋਂ ਮੇਂ ਜਗ੍ਹਾ ਬਣਾਏ, ਕਿਉਂਕਿ ਮੁਹੱਬਤ ਹੈ ਤੋ ਸਭ ਹੈ, ਅਗਰ ਮੁਹੱਬਤ ਨਹੀਂ ਹੈ ਤੋ ਕੁਛ ਵੀ ਨਹੀਂ। ਇਨਸ਼ਾਅੱਲਾ ਇਸ ਪੈਗਾਮ ਕੇ ਸਾਥ ਹਮ ਆਪਸੇ ਫਿਰ ਮੁਲਾਕਾਤ ਕਰੇਂਗੇ, ਮਿਲੇਂਗੇ ਦੋ ਬਾਅਦ ਅੱਲਾਹ ਇਨਸ਼ਾਅੱਲਾ। ਅੱਜ ਮੈਂ ਛੁੱਟੀ ਜਾ ਰਿਹਾ, ਆਈ ਐਮ ਗੋਇੰਗ ਦੁਬਈ, ਆਈ ਐਮ ਗੋਇੰਗ ਲਾਹੌਰ, ਨੋ ਆਈ ਐਮ ਗੋਇੰਗ ਦੁਬਈ। ਓ ਅੱਲਾਹ, ਸਾਹ ਜੀ ਜਾ ਰਹੇ ਨੇ ਜੀ ਈਦ ਕਰਨ ਲਈ, ਅਤੇ ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਮੁਲਾਕਾਤ ਕਰ ਸਕਾਂ। ਦੁਆਏ ਯਾਦ ਰੱਖਿਓ, ਅੱਲਾਹ ਹਾਫਿਜ਼।